बिस्मिल्लाहिर्रहमानिर्रहीम। अस्सलामुअलैकुम, कैसे मेरे बहन भाई, उम्मीद कर दिया सब ठीक होंगे, शुभारिश होंगे, अल्लाह पाक तुम सारे खुश रखे, शब इबादत रखे प्यारी दुआ नाल। अज्ज दा व्लॉग कर दें आगाज़, सो अज्ज दा व्लॉग आगाज़ करने से पहले अपनी बहन भाई नाल एक छोटी जिही रिक्वेस्ट, जिहड़े साडे बहन भाई सब सोबे फैमिली लोग चैनल सब्सक्राइब नहीं किया, सो प्लीज़ सब्सक्राइब कर लो नाले, तो कहे बैल आइकन के बटन नूं लाजमी प्रेस करिए, ताकि साडी हर आने वाली वीडियो साडे बहन भाई तक बर और टाइम तक पहुँचती रहे। ਆਮੀਨ। ਮਾਸ਼ਾਅੱਲਾ ਜੀ, ਅਸੀਂ ਆਈਆਂ ਸੀ ਸੱਤ ਕਸ਼ਮੀਰ ਦੇ ਵਿੱਚ, ਨਹੀਂ ਆਈਆਂ ਸੀ ਮੰਮਾ ਜੀ ਨੇ ਕੱਪੜੇ ਧੋ ਕੇ ਪਾਏ ਸੀਗੇ, ਤਾਂ ਮੌਸਮ ਥੋੜ੍ਹਾ ਜਿਹਾ ਖਰਾਬ ਹੋ ਗਿਆ ਸੀ, ਮੈਂ ਆਪਣਾ ਸ਼ੇਅਰ ਕਰ ਲਈਏ, ਆਪਣੀ ਰਾਤ ਮੈਨੂੰ ਚਲਾ ਗਈ ਸੀ, ਕਿਉਂਕਿ ਜਿਹੜਾ ਅੱਜ ਮੌਸਮ ਥੋੜ੍ਹਾ ਜਿਹਾ ਕਾਫੀ ਜ਼ਿਆਦਾ ਖਰਾਬ ਹੋ ਰਿਹਾ, ਕਣੀਆਂ ਵੀ ਆ ਰਹੀਆਂ, ਬਾਰਿਸ਼ ਛੋਟੀ ਛੋਟੀ ਕਣੀਆਂ ਆ ਰਹੀਆਂ, ਤਾਂ ਮਾਸ਼ਾਅੱਲਾ ਮੈਂ ਕਿਹਾ ਆਪਣੇ ਭੈਣ ਭਾਈ ਨੂੰ ਜਿਹੜਾ ਉੱਪਰ ਦਾ ਸੀਨ ਉਹ ਵੀ ਬਿਲਾ ਸ਼ੇਅਰ ਕਰ, ਫੈਮਿਲੀ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਜਿਹਨਾਂ ਨੇ ਸਾਨੂੰ ਪਰਦੇ ਕਰਾ ਦਿੱਤੇ, ਅੱਲਾ ਪਾਕ ਉਹਨਾਂ ਨੂੰ ਮਦੀਨਿਆਂ ਦੀ ਜ਼ਿਆਰਤ ਕਰਾਵੇ, ਹਾਜ ਉਮਰਾ ਕਰਾਵੇ। ਮਾਸ਼ਾਅੱਲਾ ਜੀ, ਇੱਧਰ ਹੈਗਾ ਸਿੱਖਾਣਾ ਦਾ ਘਰ, ਕਿ ਫਿਰ ਉੱਪਰ ਨਹੀਂ ਆ ਸਕਦੇ ਸੀਗੇ ਭਾਈ ਹੁਣੇ, ਅਸੀਂ ਤਾਂ ਆ ਸਕਦੇ ਸੀ, ਮੈਂ ਆਉਂਦੀ ਸੀ ਮਾਸ਼ਾਅੱਲਾ, ਮੇਰੀ ਭੈਣ ਵੀ ਵਲੋਗ ਬਣਾ ਕੇ ਸ਼ੇਅਰ ਕਰਦੀ ਸੀ, ਮੇਰੀ ਭੈਣ ਵੀ ਨੂੰ ਪਤਾ ਹੀ ਆ, ਮੇਰੀ ਭੈਣ ਵੀ ਸਾਡਾ ਵਲੋਗ ਦੇਖ ਕੇ ਸਾਨੂੰ ਮਾਸ਼ਾਅੱਲਾ ਸਪੋਰਟ ਕੀਤੀ, ਅੱਲਾ ਪਾਕ ਸਾਡੇ ਭੈਣ ਵੀ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਔਰ ਹਾਜ਼ਰ ਉਮਰਾ ਕਰਾਵੇ। ਆਮੀਨ ਸੁਆਮੀਨ। ਮਾਸ਼ਾਅੱਲਾ ਜੀ, ਤੁਸੀਂ ਪਠਾਣਾ ਦਾ ਘਰ ਸੀ, ਫਿਰ ਅਸੀਂ ਬਾਬਾ ਹੋਣੇ ਨਹੀਂ ਆ ਸਕਦੇ ਸੀ। ਅੱਛਾ ਜੀ, ਆਪਣੇ ਭੈਣ ਵੀ ਨੇ ਛੋਟੀ ਜਿਹੀ ਕੋਸ਼ਿਸ਼ ਪੇਸ਼ ਕਰਨ ਲੱਗਿਆ, ਭੈਣ ਵੀ ਨੇ ਬੋਲਣਾ ਸੁਣਨਾ, یا رسول اللہ وسلم علیک یا حبیب اللہ صلی اللہ علیک یا رسول اللہ وسلم علیک یا حبیب اللہ ربی جل اللہ في قلبي غير الله نور محمد صلى الله لا اله الا الله لا اله الا الله حسبي ربي جل الله ما في قلبي غير الله نور محمد صلى الله لا اله الا الله لا الہ الا اللہ اپنی بہن سے بولے عمر یہ تو بتا کیا کرتی تھی اپنی بہن سے بولے عمر یہ تو بتا کیا کرتی تھی میرے آنے سے پہلے کیا چھپ کے پڑھتی تھی بہن نے جب قرآن پڑھا سن کے علام پاک خدا مٹھی سے پتھر بولا لا الہ الا اللہ لا الہ یا یا رسول اللہ وسلم علیک یا حبیب اللہ کملی والے محمد تو صدقے میں جا کملی والے محمد تو صدقے میں جا جنہیں آ کے غریباں دی باں پھڑ رہی کملی والے محمد تو صدقے میں جا کملی والے محمد تو صدقے میں جا جنہیں آ کے غریباں دی باں پھڑ لئی جنہیں آ کے غریباں دی باں پھڑ لئی آیا
ਕੰਬਲੀ ਵਾਲੇ ਮੇਰੇ ਆਕਾ ਸੋਹਣੇ, ਕੰਬਲੀ ਵਾਲੇ ਮੇਰੇ ਆਕਾ ਸੋਹਣੇ, ਕੰਬਲੀ ਵਾਲੇ ਆ ਗਿਆ ਸੋਹਣਾ ਕੰਬਲੀ ਦੀ ਝੁੰਮ ਮਾਰ ਕੇ, ਆ ਗਿਆ ਸੋਹਣਾ ਕੰਬਲੀ ਦੀ ਝੁੰਮ ਮਾਰ ਕੇ, ਜਿਹਦੀਆਂ ਰਾਵਾਂ ਬੜੇ ਵੇਖਦੇ ਰਹਿ ਗਏ, ਜਿਹਦੀਆਂ ਰਾਵਾਂ ਬੜੇ ਵੇਖਦੇ ਰਹਿ ਗਏ, ਲਾਇਆ ਬਦੂਆ ਨੂੰ ਸੀਨੇ ਕਮਾਲ ਹੋਇਆ, ਲਾਇਆ ਬਦੂਆ ਨੂੰ ਸੀਨੇ ਕਮਾਲ ਹੋਇਆ, ਕੋਈ ਹਬਸ਼ੀ ਦੋ ਸਰਵਰ ਬਿਲਾਲ ਹੋਇਆ, ਕੋਈ ਹਬਸ਼ੀ ਦੋ ਸਰਵਰ ਬਿਲਾਲ ਹੋਇਆ, ਕੰਬਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ, ਕੰਬਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ, ਜਿਹਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ, ਜਿਹਨੇ ਆ ਕੇ ਗਰੀਬਾਂ ਦੀ ਬਾਂਹ ਫੜ ਲਈ, ਕੰਬਲੀ ਵਾਲੇ ਮੇਰੇ ਆਕਾ ਸੋਹਣੇ, ਕੰਬਲੀ ਵਾਲੇ ਮੇਰੇ ਆਕਾ ਸੋਹਣੇ, ਕੰਬਲੀ ਵਾਲੇ ਗੋਦੀ ਚੁੱਕਿਆ ਹਲੀਮਾ ਨੇ ਸਰਕਾਰ ਨੂੰ, ਗੋਦੀ ਚੁੱਕਿਆ ਹਲੀਮਾ ਨੇ ਸਰਕਾਰ ਨੂੰ, ਨਜ਼ਾ ਵਾਲੇ ਖੜੇ ਵੇਖਦੇ ਰਹਿ ਗਏ, ਨਜ਼ਾ ਵਾਲੇ ਖੜੇ ਵੇਖਦੇ ਰਹਿ ਗਏ, ਕੰਬਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ, ਕੰਬਲੀ ਵਾਲੇ ਮੁਹੰਮਦ ਤੋਂ ਸਦਕੇ ਮੈਂ ਜਾ, ਜਿਹਨੇ ਆ ਕੇ ਗਰੀਬਾਂ ਤੰਦਰੁਸਤੀ ਦੇਵੇ ਤੇ ਹਰ ਆਉਣ ਵਾਲੇ ਦੁੱਖ ਤਕਲੀਫ ਤੋਂ ਅੱਲਾ ਪਾਕ ਮੇਰੇ ਭੈਣ ਭਰਾਵਾਂ ਪਿਆਰਿਆਂ ਪਿਆਰਿਆਂ ਤੋਂ ਦੂਰ ਰੱਖੇ ਅਤੇ ਅੱਛਾ ਜੀ ਅੱਲਾ ਖੈਰ ਕਰੇ ਅਤੇ ਸ਼ਾਮ ਦਾ ਟਾਈਮ ਹੋਣ ਲੱਗ ਗਿਆ ਵਾ ਅਤੇ ਬੱਚਿਆਂ ਦੀ ਕੋਈ ਤਬੀਅਤ ਵੀ ਅਪਸੈਟ ਆ ਅਤੇ ਮੈਂ ਅੱਜ ਸੋਚਿਆ ਵੀ ਕੀ ਬਣਾਵਾਂ, ਅੱਜ ਥੋੜ੍ਹਾ ਜਿਹਾ ਕੰਮ ਵੀ ਪਲੀਜ਼ ਮੇਰੇ 'ਤੇ ਇਕੱਲੀ 'ਤੇ ਆ ਗਿਆ ਸੀ ਅਤੇ ਇਸ ਕਰਕੇ ਮੈਂ ਲੱਗੀ ਹੋਈ ਹਾਂ ਅਲਹਮਦੁਲਿਲਾ, ਬੱਚੀਆਂ ਉੱਠੀਆਂ ਵਾ ਲੈਕਿਨ ਉਹਨਾਂ ਨੇ ਨਮਾਜ਼ ਪੜ੍ਹੀ, ਅੱਲਾ ਤੰਦਰੁਸਤੀ ਦੇਵੇ, ਅੱਲਾ ਸਿਹਤ ਵਾਲੀ ਜ਼ਿੰਦਗੀ ਦੇਵੇ, ਅੱਲਾ ਜਿਤਨੇ ਵੀ ਮੇਰੇ ਭੈਣ ਭਰਾਵਾਂ ਤਮਾਮ ਜਿਤਨੀ ਵੀ ਯੂਟਿਊਬ ਫੈਮਿਲੀ ਆ, ਅੱਲਾ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤੀ ਔਰ ਸਿਹਤ ਵਾਲੀ ਜ਼ਿੰਦਗੀ ਦੇਵੇ, ਅਤੇ ਅੱਲਾ ਖੈਰ ਕਰੇ ਜੀ ਅੱਜ ਮੇਰੀਆਂ ਆਈਆਂ ਹੋਈਆਂ ਵਾ ਭਤੀਜੀਆਂ ਮਾਸ਼ਾਅੱਲਾ ਮੇਰੇ ਨਾਲ ਹਲਫ ਕਰਾਉਣ ਵਾਸਤੇ, ਅਤੇ ਆਉਂਦੀਆਂ ਚਲੋ ਤਾਈ ਜੀ ਤੂੰ ਇਕੱਲੀ ਔਖੀ ਹੁੰਦੀ ਅੱਜ ਅਸੀਂ ਤੇਰੇ ਨਾਲ ਕਰਾਉਣੀ ਆ, ਮੈਂ ਕਿਹਾ ਚਲੋ ਬੇਟਾ ਕੋਈ ਗੱਲ ਨਹੀਂ, ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਸਿਹਤ ਵਾਲੀ ਜ਼ਿੰਦਗੀ ਦੇਵੇ, ਕਿਸੇ ਦਾ ਕੋਈ ਹੋਵੇ ਧਿਆਨ ਤਾਂ, ਅਤੇ ਮਾਸ਼ਾਅੱਲਾ ਮੈਂ ਬਣਾਉਣੀ ਹੈ ਜੀ ਸ਼ਾਮ ਦੇ ਖਾਣੇ ਦਾ ਇੰਤਜ਼ਾਮ ਬੱਚਿਆਂ ਦਾ, ਅਤੇ ਅੱਜ ਕੀ ਬਣਾਉਂਦੀ ਹਾਂ ਉਹ ਵੀ ਆਪਣੇ ਭੈਣ ਭਾਈਆਂ ਨੂੰ ਜ਼ਰੂਰ ਸ਼ੇਅਰ ਕਰੂੰਗੀ ਇਨਸ਼ਾਅੱਲਾ, ਅਤੇ ਪਹਿਲੇ ਮੈਂ ਜਿਹੜਾ ਰੈਸਪੀ ਦਾ ਸਮਾਨ ਆ ਉਹ ਤਿਆਰ ਕਰ ਲਵਾਂ, ਅਲਹਮਦੁਲਿਲਾ ਧਨੀਆ ਔਰ ਪਿਆਜ਼ ਟਮਾਟਰ ਦਾ ਸਬਜ਼ ਜ਼ਮੀਰਾ 'ਚ ਔਰ ਲਸਣ, ਅਤੇ ਇਹ ਮੈਂ ਛਿਲਦੀ ਹਾਂ, ਛਿਲ ਕੇ ਸਾਰਾ ਆਪਣਾ ਸਮਾਨ ਤਿਆਰ ਕਰਕੇ ਉਸ ਤੋਂ ਬਾਅਦ ਆਪਣੇ ਭੈਣ ਭਾਈਆਂ ਨੂੰ ਸ਼ੇਅਰ ਕਰੂੰਗੀ ਵੀ ਅੱਜ ਕੀ ਬਣਾਉਂਦੀ ਹਾਂ, ਅਤੇ ਅੱਲਾ ਖੈਰ ਕਰੇ ਮੌਸਮ ਵੀ ਬੜਾ ਖਰਾਬ ਆ ਅਤੇ ਅੱਜ ਸਾਡਾ ਸਿਲੰਡਰ ਵੀ ਮੁੱਕ ਗਿਆ ਵਾ, ਅਤੇ ਸਿਲੰਡਰ ਗਿਆ ਸੋ ਵੀ ਆ ਰਾਬੂ ਜੀ ਭਰਾ ਨਾ, ਜੇ ਤਾਂ ਟਾਈਮ ਨਾਲ ਆ ਗਿਆ ਤਾਂ ਸਿਲੰਡਰ 'ਤੇ ਬਣਾ ਦੂੰਗੀ, ਅਤੇ ਜੇ ਨਾ ਆਇਆ ਤਾਂ ਬੱਦਲ ਵੀ ਆ ਗਿਆ ਵਾ ਅਤੇ ਅੱਲਾ ਖੈਰ ਕਰੇ ਫਿਰ ਮੈਨੂੰ ਚੁੱਲ੍ਹੇ 'ਤੇ ਅੱਗ ਜਲਾਉਣੀ ਪੈਣੀ ਹੈ, ਲੇਕਿਨ ਚੁੱਲ੍ਹੇ ਜਾ ਕੇ ਤਾਂ ਅੱਗੇ ਹੀ ਜਲਾਈ ਹੈ ਮੈਂ, ਅਤੇ ਮਾਸ਼ਾਅੱਲਾ ਗੈਸ ਜਿਹੜਾ ਮੈਂ ਬਹੁਤ ਘੱਟ ਬਾਲਦੀ, ਇੰਨਾ ਗੈਸ ਨਹੀਂ ਅਸੀਂ ਬਾਲੀਦਾ, ਉੱਧਰੋਂ ਵੀ ਉਹਦੇ 'ਤੇ ਵੀ ਗੈਸ 2 ਕਿਲੋ ਪਵਾਓ ਅਤੇ 600 ਰੁਪਈਆ, ਫਿਰ ਉੱਧਰੋਂ ਵੀ ਗੈਸ ਬਹੁਤ ਜ਼ਿਆਦਾ ਜਿਹੜਾ ਮਹਿੰਗਾ ਉਹ ਵੀ ਨਹੀਂ ਬਾਰਾ ਖਾਂਦਾ, ਅਲਹਮਦੁਲਿਲਾ ਅੱਲਾ ਖੈਰ ਕਰੇ ਲੱਕੜ ਬਾਲਣ ਹੈਗਾ ਵਾ ਬੰਦਾ ਆਪਣਾ ਉਹ ਜਲਾਈ ਰੱਖੇ ਨਾਲ ਨਾਲ, ਗੈਸ ਹੈਗਾ ਸਿਰਫ ਕਿਚਨ ਵਾਸਤੇ, ਅੱਲਾ ਸਾਡੀ ਭੈਣ ਨੂੰ ਤੰਦਰੁਸਤੀ ਦੇਵੇ, ਅੱਲਾ ਉਹਦੇ ਬੱਚਿਆਂ ਨੂੰ ਵੀ ਉਹਦਾ ਫਰਮਾਦਾਰ ਰੱਖੇ, ਜਿਹਨੇ ਰੋਜ਼ਾਨਾ ਸਾਡੇ ਬੱਚਿਆਂ ਨੂੰ ਗੈਸ ਭੇਜਿਆ ਸੀ, ਲੇਕਿਨ ਕੋਈ ਮਜਬੂਰੀ ਦਾ ਟਾਈਮ ਹੁੰਦਾ ਅਤੇ ਅਲਹਮਦੁਲਿਲਾ ਬਾਲੀ ਦੀ ਇਹ ਨਹੀਂ ਵੀ ਜਲਾਈਦਾ ਨਹੀਂ, ਗੈਸ ਵੀ ਜਲਾਈਦਾ ਵਾ ਜਦੋਂ ਮਜਬੂਰੀ ਹੋਵੇ, ਬੱਦਲ ਹੋਵੇ, ਬਾਰਿਸ਼ ਹੋਵੇ, ਅਤੇ ਮਾਸ਼ਾਅੱਲਾ ਕਿਚਨ ਦੇ ਵਿੱਚ ਹੀ ਖਾਣਾ ਵੀ ਬਣਾਉਂਦੀ ਹਾਂ, ਕਿਚਨ ਦੇ ਵਿੱਚ ਹੀ ਬੱਚਿਆਂ ਦੀ ਚਾਹ ਵੀ ਰੋਟੀ ਵੀ ਸਾਲਣ ਵੀ ਤਿਆਰ ਕਰ ਲਈਦਾ,
ਅਲਹਮਦੁਲਿਲਾ ਕੋਈ ਪਰੇਸ਼ਾਨੀ ਨਹੀਂ ਹੈਗੀ। ਅੱਲਾਹ ਪਾਕ ਮੇਰੀਆਂ ਭੈਣਾਂ ਨੂੰ ਤੰਦਰੁਸਤੀ ਦੇਵੇ, ਅੱਲਾਹ ਸਾਰੇ ਭੈਣ ਭਰਾਵਾਂ 'ਤੇ ਆਪਣੀ ਰਹਿਮਤ ਦੇ ਸਾਏ ਰੱਖੇ। ਅੱਲਾਹ ਖੈਰ ਕਰੇ ਜੀ, ਦੁਆ ਕਰੋ ਅੱਲਾਹ ਬਾਰਿਸ਼ ਵੀ ਦੇਵੇ ਅਤੇ ਰਹਿਮਤ ਵੀ ਦੇਵੇ। ਅਤੇ ਸੋਚ ਤਾਂ ਇਹੀ ਰਹੇ ਹਾਂ, ਨਾਲ ਅੱਜ ਸੋਭੀਆ ਦੇ ਅੱਬੂ ਜੀ ਨੇ ਲਿਆਉਣੀਆਂ ਕੋਈ ਦਾਤੀਆਂ, ਉਹ ਵੀ ਲਿਆਊਗਾ, ਔਰ ਆਪਣੀ ਗੰਦਮ ਨੂੰ ਵੀ ਹੱਥ ਲਾਉਂਦੇ ਹਾਂ। ਅੱਲਾਹ ਖੈਰ ਕਰੇ, ਹਰ ਬੰਦਾ ਹੁਣ ਲੱਗ ਗਿਆ ਵਾ ਗੰਦਮ ਨੂੰ। ਜੇ ਤਾਂ ਅੱਜ ਬਾਰਿਸ਼ ਆ ਗਈ ਤਾਂ ਫਿਰ ਨਹੀਂ ਗੰਦਮ ਨੂੰ ਹੱਥ ਲੱਗਣਾ, ਅਤੇ ਜੇ ਬਾਰਿਸ਼ ਨਾ ਆਈ ਤਾਂ ਅਲਹਮਦੁਲਿਲਾ ਅੱਲਾਹ ਦੇ ਹੁਕਮ ਨਾਲ ਕੱਲ੍ਹ ਨੂੰ ਗੰਦਮ ਨੂੰ ਵੀ ਹੱਥ ਲਾਵਾਂਗੇ। ਨਾਲ ਨਾਲ ਥੋੜ੍ਹੀ ਥੋੜ੍ਹੀ ਵੱਢਦੇ ਰਹੇ, ਕਿਆਰਾ ਕਿਆਰਾ ਵੀ ਹੈ ਤਾਂ ਹਜੇ ਗਿੱਲੀ ਹੈ, ਥੱਲੋਂ ਵੀ ਆਉਂਦੀ ਹੈ ਕਿਉਂ ਬਾਰਿਸ਼ਾਂ 'ਚ ਪੈਂਦੀਆਂ ਰਹੀਆਂ, ਲੇਕਿਨ ਹੁਣ ਦਾਣੇ ਵੀ ਹੈ ਨਹੀਂ ਗਏ, ਉਹ ਵੀ ਮੇਰੇ ਭੈਣ ਭਰਾਵਾਂ ਨੂੰ ਪਤਾ ਹੀ ਆ, ਆਟਾ ਲੈ ਕੇ ਵੀ ਖਾਣਾ ਮੁੱਲ ਬਹੁਤ ਔਖਾ। ਅਤੇ ਅੱਜ ਤਾਂ ਰੋਜ਼ੀ ਦੇ ਦਿਨ, ਹੁਣ ਤਾਂ ਚਾਰ ਦਾਣੇ ਇਕੱਠੇ ਹੋ ਜਾਣਗੇ ਅਲਹਮਦੁਲਿਲਾ। ਜਿਹੜਾ ਵੀ ਇਨਸਾਨ ਆ, ਕੋਈ ਵੀ ਆ, ਭੈਣ ਆ, ਭਰਾ ਵਾ, ਗਰੀਬ ਆ, ਗੁਰਬਾ ਵਾ, ਕੋਈ ਵੀ ਹੱਥ ਹਿਲਾਊਗਾ ਤਾਂ ਇਨਸ਼ਾਅੱਲਾ ਇਹ ਰੋਜ਼ੀ ਦੇ ਦਿਨ ਆ, ਰੋਜ਼ੀ ਇਕੱਠੀ ਕਰ ਸਕਦਾ। ਅਤੇ ਅੱਲਾਹ ਸਾਰਿਆਂ ਨੂੰ ਹਿੰਮਤ ਦੇਵੇ, ਅੱਲਾਹ ਕਿਸੇ ਦੇ ਸਦਕੇ ਸਾਡੇ ਬੱਚਿਆਂ ਨੂੰ ਹਿੰਮਤ ਦੇਵੇ ਔਰ ਤੰਦਰੁਸਤੀ ਦੇਵੇ। ਅਤੇ ਅੱਲਾਹ ਖੈਰ ਕਰੇ ਜੀ, ਅਤੇ ਆਪਣੇ ਦਾਣਿਆਂ ਦਾ ਇੰਤਜ਼ਾਮ ਵੀ ਕਰਦੇ ਹਾਂ ਹੌਲੀ ਹੌਲੀ, ਦਿਖਦੇ ਰਹਿੰਦੇ, ਚਲੋ ਕੋਈ 2 ਕਿੱਲੇ 4 ਕਿੱਲੇ ਵੱਢਾਂਗੇ, ਅਤੇ ਇਨਸ਼ਾਅੱਲਾ। ਐਰਕੀ ਰੇਟ ਵੀ ਕਹਿੰਦੇ ਬਹੁਤ ਘੱਟ ਆ ਕਣਕਾਂ ਦੇ, ਅਤੇ ਝਾੜ ਵੀ ਬਹੁਤ ਘੱਟ ਆ ਜੀ ਐਰਕੀ ਕਣਕਾਂ ਦੇ ਕਹਿ ਰਹੇ, ਅਤੇ ਰੇਟ ਜਿਹੜੇ ਜ਼ਿਮੀਂਦਾਰਾਂ ਨੇ ਇੰਨੀਆਂ ਮਹਿੰਗੀਆਂ ਖਾਦਾਂ ਲੈ ਕੇ ਪਾਉਣੀਆਂ ਵਾ, ਅਤੇ ਰੇਟ ਵੀ ਆਉਂਦੇ ਕਣਕ ਦਾ ਟੁੱਟ ਚੱਲਾ ਵਾ, ਉਹ ਜ਼ਿਮੀਂਦਾਰ ਵੀ ਵਿਚਾਰਿਆਂ ਨੇ ਔਖਾ, ਅਤੇ ਆ ਜਾ ਕੇ ਐਂਡ 'ਤੇ ਉਹ ਕਸਰ ਸਾਰੀ ਨਿਕਲ ਜਾਂਦੀ ਆ ਵਾਢਿਆਂ 'ਤੇ, ਜਿਨ੍ਹਾਂ ਨੇ ਕਣਕ ਵੱਢਣੀ ਹੈ ਨਾ ਉਹਨਾਂ 'ਤੇ ਕਸਰ ਗਰੀਬਾਂ 'ਤੇ ਨਿਕਲ ਜਾਂਦੀ ਹੈ। ਅੱਗੇ 2 ਬੋਰੀਆਂ ਜੀ ਕਿੱਲੇ ਦੀਆਂ ਸੀ ਹੱਥ ਦੀ ਵਾਢ ਦੀਆਂ, ਅਤੇ ਐਤਕੀ ਦੇਖੋ ਹੁਣ ਕਹਿੰਦੇ ਪਏ ਆ, ਕੋਈ ਸੁਣੀਦਾ ਵਾ ਵੀ 3 ਮਣ ਦੇ ਰਹੇ ਐਤਕੀ ਕਿੱਲੇ ਦਾ ਹੱਥ ਦੀ ਵਾਢੀ, ਕੋਈ ਕਹਿ ਰਹੇ ਆ ਜੀ 4 ਮਣ ਦੇ ਰਹੇ ਹੱਥ ਦੀ ਵਾਢੀ, ਅਤੇ ਜਿਹੜੀ ਰੈਪਰ ਟਾਂ ਵੱਢ ਕੇ ਪਾਉਣੀ ਆ ਟਰੈਕਟਰ, ਔਰ ਰੈਪਰ ਉਹ ਜਿਹੜੀ ਰੈਪਰ ਹੁੰਦੀ ਹੈ ਟਰੈਕਟਰ ਵਾਲੀ, ਉਹ ਮਜ਼ਦੂਰੀ ਮਾਲਕਾਂ ਦੀ ਹੈ, ਅਤੇ ਜਿਹੜੇ ਜਿਨ੍ਹਾਂ ਨੇ ਪਿੱਛੋਂ ਕਣਕ ਵੰਡਣੀ ਆ ਔਰ ਬੰਨੇ ਵੀ ਛਡਾਉਣੇ ਆ, ਕਣਕ ਵੱਢਣੀ ਵੀ ਆ, ਉਹਨਾਂ ਨੇ ਢੋ ਕੇ ਵੀ ਦੇਣੀ ਆ, ਉਹਨਾਂ ਦੀ ਹੈਗੀ ਹੈ ਜੀ ਬੋਰੀ, ਕਿੱਲੇ ਦੀ 1 ਬੋਰੀ ਸਿਰਫ ਲੈਣੀ ਉਹਨਾਂ ਨੇ। ਅਤੇ ਦੇਖੋ ਜਿਹੜੀ ਕਣਕ ਲੱਭ ਗਈ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ, ਕੱਲ੍ਹ ਨੂੰ ਅੱਲਾਹ ਕਰੇ ਖੈਰ, ਅੱਲਾਹ ਉੱਤੋਂ ਕਰਮ ਨਵਾਜ਼ੀ ਕਰੇ, ਬਾਰਿਸ਼ ਨਾ ਆ ਜਾਵੇ ਜੀ ਇਨਸ਼ਾਅੱਲਾ, ਕੱਲ੍ਹ ਨੂੰ ਅਸੀਂ ਵੀ ਹੱਥ ਲਾਵਾਂਗੇ, ਅਤੇ ਅੱਜ ਦਾਤੀਆਂ ਦੁੱਤੀਆਂ ਆਪਣੀਆਂ ਦਾ ਇੰਤਜ਼ਾਮ ਕਰਦੇ ਹਾਂ, ਅਤੇ ਨਾਲੇ ਨਾਲ ਨਾਲ ਤੁਹਾਡੇ ਬੱਚਿਆਂ ਨੂੰ ਵੀ ਅੱਲਾਹ ਸਿਹਤ ਦੇਵੇ, ਤੰਦਰੁਸਤੀ ਦੇਵੇ, ਅਤੇ ਬੱਚਿਆਂ ਦੀ ਵੀ ਤਬੀਅਤ ਅਪਸੈਟ ਹੋਈ ਹੋਈ ਹੈ, ਅਤੇ ਤੁਹਾਡੇ ਬੱਚੇ ਵੀ ਠੀਕ ਹੋ ਜਾਣ, ਅਤੇ ਫਿਰ ਇਨਸ਼ਾਅੱਲਾ ਵਸੀਮ ਅਲੀ ਨੂੰ ਵੀ ਖਾਂਸੀ ਬੁਖਾਰ ਆ, ਅਤੇ ਬੁਖਾਰ ਦੇ ਨਾਲ ਹੀ ਉਹ ਫਿਰ ਵੀ ਨਹੀਂ ਰੁਕਿਆ, ਉਹ ਗਿਆ ਹੋਇਆ ਅਲਹਮਦੁਲਿਲਾ ਮਾਮੂ ਦੇ ਘਰ, ਉਹਨਾਂ ਨਾਲ ਕੰਮ ਕਰਾ ਰਿਹਾ ਵਾ, ਅੱਲਾਹ ਸਿਹਤ ਦੇਵੇ ਉਹਨਾਂ ਨੂੰ, ਤੰਦਰੁਸਤੀ ਦੇਵੇ। ਆਉਂਦੇ ਨਹੀਂ ਅੰਮੀ ਜੀ 2 ਦਿਨ ਹੈਗੇ ਆ, ਅਤੇ ਚਲੋ ਮੈਂ ਮਾਮੂ ਹੋਣਾ ਨਾਲ ਕੰਮ 'ਤੇ ਲਵਾ ਦੇਵਾਂ, ਫਿਰ ਮਾਮੂ ਜੀ ਉਹਨਾਂ ਦਾ ਵੀ ਕੰਮ ਬੰਦ ਹੋ ਰਿਹਾ ਵਾ, ਕਿਉਂ ਉੱਤੋਂ ਵਾਢੀ ਦੇ ਦਿਨ ਆ ਗਏ, ਅਤੇ ਚਲੋ ਅੱਜ ਅੱਲਾਹ ਖੈਰ ਕਰੇ ਵਸੀਮ ਅਲੀ ਵੀ ਘਰ ਆ ਜਾਊਗਾ, ਅਤੇ ਮਾਸ਼ਾ ਅੱਲਾਹ ਅੱਲਾਹ ਖੈਰ ਕਰੇ, ਅਤੇ ਫਿਰ ਨਾਲ ਨਾਲ ਅਸੀਂ ਆਪਣੇ ਵਾਢੀ ਨੂੰ ਵੀ ਬਹਿੰਦੇ, ਨਾਲ ਨਾਲ ਆਪਣੇ ਭੈਣ ਭਾਈਆਂ ਨੂੰ ਵੀ ਇਨਸ਼ਾਅੱਲਾ ਮਿਲ ਜੁੜ ਕੇ ਭੈਣਾਂ ਭਰਾਵਾਂ ਦੇ ਨਾਲ ਇਨਸ਼ਾਅੱਲਾ ਸ਼ੇਅਰ ਵੀ ਕਰਦੇ ਰਹਾਂਗੇ ਅਲਹਮਦੁਲਿਲਾ, ਜਿਹੜੀ ਜਿੱਥੇ ਜਿੱਥੇ ਕਣਕ ਵੱਢਦੇ ਰਹੇ ਮਾਸ਼ਾਅੱਲਾ। ਰੈਸਪੀ ਦਾ ਸਮਾਨ ਜਿਹੜਾ ਵਾ ਮਾਸ਼ਾਅੱਲਾ ਮੇਰਾ ਓਕੇ ਹੋ ਗਿਆ ਅਲਹਮਦੁਲਿਲਾ, ਪਿਆਜ਼ ਜਿਹੜਾ ਵਾ ਮੈਂ ਲਿਆ ਕੱਟ, ਬਸ ਥੋੜ੍ਹਾ ਜਿਹਾ ਰਹਿ ਗਿਆ, ਪਿਆਜ਼ ਵੀ ਕੱਟ, ਪਿਆਜ਼ ਕੱਟਦੀ ਹਾਂ, ਪਹਿਲੇ ਮੈਂ ਆਪਣੇ ਭੈਣ ਭਾਈਆਂ ਨੂੰ ਸ਼ੇਅਰ ਕਰ ਲਾਂ ਅੱਜ ਮੈਂ ਕਿਹੜੀ ਚੀਜ਼ ਬਣਾਉਣ ਲੱਗੀ। ਅਲਹਮਦੁਲਿਲਾ ਜੀ, ਇਹ ਹੈਗੀ ਹੈ ਜੀ ਚਣਿਆਂ ਦੀ ਦਾਲ ਉਬਾਲੋ ਕੀਤੀ। ਹੁਣ ਜੇ ਮੈਂ ਮਸਾਲੇ ਦੀ ਸਾਰੀ ਰੈਸਪੀ ਬਣਾ ਕੇ ਇਹ ਜਿਹੜੀਆਂ ਚੀਜ਼ਾਂ ਮੈਂ ਕੱਟ ਰਹੀ ਹਾਂ ਔਰ ਛਿੱਲ ਰਹੀ ਹਾਂ, ਇਹ ਬਣਾ ਕੇ ਇਹਦੀ ਰੈਸਪੀ, ਉਸ ਤੋਂ ਬਾਅਦ ਇਹ ਜਿਹੜੀ ਉਬਾਲੋ ਕਰਕੇ ਦਾਲ, ਅੱਲਾਹ ਖੈਰ ਕਰੇ ਜੀ, ਜਿਹੜੀ ਮੈਂ ਰੈਸਪੀ ਇਹ ਸਾਰੀ ਸਬਜ਼ੀ ਜਿਹੜੀ ਇਹ ਤਿਆਰ ਕਰ ਰਹੀ ਹਾਂ ਕਰਕੇ, ਉਸ ਤੋਂ ਬਾਅਦ ਬਣਾਉਣੀ ਹੈ ਰੈਸਪੀ ਬਣਾ ਕੇ, ਉਸ ਤੋਂ ਬਾਅਦ ਇਹ ਦਾਲ ਜਿਹੜੀ ਹੈ ਮੈਂ ਉਹਦੇ ਵਿੱਚ ਐਡ ਕਰਨੀ ਹਾਂ। ਅੱਲਾਹ ਖੈਰ ਕਰੇ ਅਤੇ ਅੱਲਾਹ ਕਰਦੇ, ਅੱਲਾਹ ਮੇਰੇ ਭੈਣ ਭਾਈਆਂ ਨੂੰ ਤੰਦਰੁਸਤੀ ਦੇਵੇ, ਸਾਡੀ ਵੀਡੀਓ ਪੂਰੀ ਵਾਸ਼ ਕਰਿਆ ਕਰੋ, ਵੀਡੀਓ ਸਾਡੇ ਭੈਣ ਭਾਈ ਸਾਡੀ ਰੋਜ਼ ਵੇਖਦੇ ਅਲਹਮਦੁਲਿਲਾ, ਅਤੇ ਵੀਡੀਓ ਵਾਸ਼ ਕਰਿਆ ਕਰੋ, ਵੀਡੀਓ ਸਕਿਪ ਨਾ ਕਰਿਆ ਕਰੋ। ਅੱਲਾਹ ਪਾਕ ਮੇਰੇ ਭੈਣ